ਬਹਿ ਕੇ ਸ਼ਿਕਵਾ ਕਰਨ ਜੋ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਜੀ ਹਾਂ, ਦੱਸ ਦਈਏ ਕਿ ਇਹਨਾਂ ਤੁੱਕਾਂ ਨੂੰ ਬਿਲਕੁਲ ਸਹੀ ਸਾਬਿਤ ਕਰ ਦਿੱਤਾ ਹੈ ਇਸ ਬੱਸ ਦੇ ਕੰਡਕਟਰ ਨੇ। ਇੱਕ ਲੱਤ ਵੀ ਨਹੀਂ ਹੈ ਪਰ ਫਿਰ ਵੀ ਬਾਵਜੂਦ ਇਸ ਦੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ। ਦੱਸ ਦਈਏ ਕਿ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਨੌਜਵਾਨ ਨਸ਼ੇ ਦੀ ਦਲਦਲ ਦੇ ਵਿੱਚ ਫਸ ਜਾ ਰਹੇ ਨੇ ਅਤੇ ਖੁਦਕੁਸ਼ੀ ਵਰਗੇ ਕਦਮ ਚੁੱਕ ਲੈਂਦੇ ਨੇ, ਉੱਥੇ ਇਹ ਨੌਜਵਾਨ ਉਹਨਾਂ ਸਾਰਿਆਂ ਦੇ ਲਈ ਇੱਕ ਮਿਸਾਲ ਕਾਇਮ ਕਰ ਰਿਹਾ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੱਤ ਨਹੀਂ ਹੈ ਪਰ ਬਾਵਜੂਦ ਇਸ ਦੇ ਉਹ ਬੱਸ ਦੇ ਵਿੱਚ ਕੰਡਕਟਰੀ ਕਰ ਰਿਹਾ। ਹਾਲਾਂਕਿ ਆਪਾਂ ਨੇ ਬੱਸਾਂ ਵਾਲਿਆਂ ਦੇ ਦੇਖੀ ਨੇ ਕਿ ਆਖਰ ਕਿਵੇਂ ਟਾਈਮ ਨੂੰ ਲੈ ਕੇ ਲਗਾਤਾਰ ਬੱਸਾਂ ਭਜਾਉਂਦੇ ਨੇ, ਪਰ ਕੰਡਕਟਰ ਵੀ ਇਸੀ ਦੌਰਾਨ ਭੱਜਦੇ ਹੋਏ ਨਜ਼ਰ ਆਉਂਦੇ ਨੇ। ਪਰ ਇਸੀ ਵਿਚਕਾਰ ਇਹ ਨੌਜਵਾਨ ਵੀ ਉਹਨਾਂ ਸਾਰਿਆਂ ਦੇ ਲਈ ਹੌਸਲਾ ਸੇਧ ਹੈ ਜੋ ਲੋਕ ਕਹਿੰਦੇ ਨੇ ਕਿ ਇਹ ਕੰਮ ਛੋਟੇ ਨੇ। ਤਾਂ ਦੱਸ ਦਈਏ ਕਿ ਕੰਮ ਛੋਟਾ ਵੱਡਾ ਕੋਈ ਵੀ ਨਹੀਂ ਹੁੰਦਾ, ਸਿਰਫ ਨਜ਼ਰੀਆ ਉਸਨੂੰ ਦੇਖਣ ਦਾ ਕੁਝ ਵੀ ਹੋ ਸਕਦਾ ਹੈ। ਦੱਸ ਦਈਏ ਕਿ ਇਹ ਵੀਡੀਓ ਪਠਾਨਕੋਟ ਦੀ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਲੱਤ ਜੋ ਹੈ 10 ਸਾਲ ਦੀ ਉਮਰ ਦੇ ਵਿੱਚ ਇੱਕ ਹਾਦਸੇ ਦੇ ਦੌਰਾਨ ਕੱਟੀ ਗਈ ਸੀ। ਹਾਲਾਂਕਿ ਇਹ ਸੁਣ ਕੇ ਪਹਿਲਾਂ ਤਾਂ ਇਸ ਨੂੰ ਕਾਫੀ ਜ਼ਿਆਦਾ ਝਟਕਾ ਲੱਗਦਾ ਹੈ ਅਤੇ ਫਿਰ ਜਦੋਂ ਇਹ ਕੁਝ ਕਰਨ ਦੀ ਠਾਣ ਲੈਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਇਸ ਦੇ ਵੱਲੋਂ ਕਈ ਕਦਮ ਚੁੱਕੇ ਜਾਂਦੇ ਨੇ। ਪਹਿਲਾਂ ਦਿਹਾੜੀਆਂ ਕੀਤੀਆਂ ਜਾਂਦੀਆਂ ਨੇ, ਸਰਕਾਰੀ ਨੌਕਰੀ ਦੇ ਲਈ ਅਪਲਾਈ ਕੀਤਾ ਜਾਂਦਾ, ਪਰ ਜਦੋਂ ਕਿਤੇ ਵੀ ਗੱਲ ਨਹੀਂ ਬਣਦੀ ਤਾਂ ਅੱਕ ਕੇ ਇਸ ਦੇ ਵੱਲੋਂ ਕੰਡਕਟਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਹਾਲਾਂਕਿ ਜਦੋਂ ਇਸ ਦੇ ਵੱਲੋਂ ਕੰਡਕਟਰੀ ਸ਼ੁਰੂ ਕੀਤੀ ਜਾਂਦੀ ਹੈ ਪਹਿਲਾਂ ਤਾਂ ਕਾਫੀ ਮੁਸੀਬਤਾਂ ਆਉਂਦੀਆਂ ਨੇ, ਔਖਾ ਲੱਗਦਾ ਹੈ, ਪਰ ਹੁਣ ਇਸ ਦਾ ਕਹਿਣਾ ਹੈ ਕਿ ਉਸਨੂੰ ਇਹ ਕੰਮ ਕਰਨ 'ਚ ਵੀ ਸਕੂਨ ਮਿਲਦਾ ਹੈ। ਅਤੇ ਜੋ ਨੌਜਵਾਨ ਗਲਤ ਕੰਮਾਂ ਦੇ ਵਿੱਚ ਪਏ ਹੋਏ ਨੇ ਅਤੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਨ ਅਤੇ ਸੱਚੀ ਲਗਨ ਦੇ ਨਾਲ ਕੀਤਾ ਹੋਇਆ ਹਰ ਕੰਮ ਸਿਰੇ ਜ਼ਰੂਰ ਚੜ੍ਹਦਾ ਹੈ। 20 ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ। 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਏ ਦੇ ਨੂੰ ਅਤੇ ਮੈਂ 6-7 ਮਹੀਨੇ ਮੰਜੇ 'ਤੇ ਵੀ ਰਿਹਾ। ਹਾਲਾਤ ਚੰਗੇ ਨਹੀਂ ਸੀ ਅਤੇ ਪਲੱਸ ਟੂ ਵੀ ਕੀਤੀ ਹੈ ਅਤੇ ਕੰਮ ਕੋਈ ਨਹੀਂ ਮਿਲਿਆ। ਬਥੇਰੇ ਵੀ ਫਾਰਮ ਵੀ ਭਰੇ, ਹੈਂਡੀਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਭਰੇ, ਸਰਕਾਰ ਨੇ ਪਰ ਨਹੀਂ ਸੁਣੀ। ਚਲੋ ਫਿਰ ਮੈਂ ਦਿਹਾੜੀਆਂ ਵੀ ਲਾਈਆਂ, ਉਹਦੇ ਵਿੱਚ ਵੀ ਨਹੀਂ ਬਾਰਾ ਖਾਧਾ ਅਤੇ ਚਲੋ ਫਿਰ ਮੈਂ ਸੋਚਿਆ ਕਿ ਹੋਰ ਕਿਤੇ ਕੰਮ ਕਰਦਾ। ਮੈਂ ਕਿਤੇ ਹੋਰ ਵੀ ਗਿਆ, ਕਿਤੇ ਕਿਸੇ ਨੇ ਕੰਮ ਨਹੀਂ ਦਿੱਤਾ। ਅਤੇ ਸਾਡੇ ਅਰਪਣ ਬੱਸ ਜੀ ਹੈ ਅਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋਲ ਅਤੇ ਮੈਂ ਕਿਹਾ ਜੀ ਭਾਅ ਜੀ ਮੈਨੂੰ ਕੰਮ ਚਾਹੀਦਾ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਿ ਤੂੰ ਕਨੈਕਟਰੀ ਕਰ ਸਕਦਾ। ਮੈਂ ਹਾਂਜੀ ਮੈਂ ਕਰ ਸਕਦਾ ਅਤੇ ਮੈਂ ਕਨੈਕਟਰੀ ਕਰਦਾ ਪਿਆ ਅਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ। ਔਰ ਮੈਂ ਮਿਹਨਤ ਕਰੇ ਕਰਨਾ, ਮਿਹਨਤ ਦੀ ਖਾਏ ਕਰਨਾ ਔਰ ਆਪਣੇ ਬੱਚਿਆਂ ਦਾ ਗੁਜ਼ਾਰਾ ਵੀ ਕਰੇ ਕਰਨਾ। ਗੁਜ਼ਾਰਾ ਹੋ ਜਾਂਦਾ ਜਿਸ ਤੁਸੀਂ ਸਰ? ਗੁਜ਼ਾਰਾ ਤਾਂ ਨਹੀਂ ਹੁੰਦਾ ਪਰ ਚਲੋ ਦਾਲ ਫੁਲਕਾ ਤਾਂ ਚੱਲਿਆ ਰਹਿੰਦਾ ਜੀ। ਮੈਂ ਦੇਖਿਆ ਕਿ ਕਈ ਨੌਜਵਾਨ ਪੜ੍ਹੇ ਲਿਖੇ ਹੁੰਦੇ ਨੇ ਲੇਕਿਨ ਕੰਮ ਨਹੀਂ ਕਰਦੇ, ਬੁਰੀ ਸੰਗਤ। ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਵੀਰ ਬਸ ਕਮਾਉਣ, ਪੜ੍ਹੇ ਲਿਖੇ ਹੈ, ਕਮਾਉਣ, ਆਪਣੇ ਮਾਤਾ ਪਿਤਾ ਨੂੰ ਵੀ ਦੇਣ, ਆਪਣੇ ਮਾਂ ਪਿਓ ਦਾ ਨਾਂ ਰੋਸ਼ਨ ਕਰਨਾ, ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨਾ ਅਤੇ ਘਰ ਕਿਸੇ ਜਗ੍ਹਾ ਦੇਣਾ ਅਤੇ ਨਾ ਕਿਸੇ ਕੋਲ ਮੰਗੇ। ਬਸ ਇਹੀ ਕਹਿਣਾ ਚਾਹੁੰਦਾ ਕਿ ਹਾਂ ਕਿ ਕਮਾਉਣ ਵੱਧ ਤੋਂ ਵੱਧ ਵੀ। ਤੁਸੀਂ ਦੇਖਿਆ ਕਾਫੀ ਔਖਾ ਕੰਮ ਹੁੰਦਾ ਨਾ ਕਨੈਕਟਰੀ ਦਾ, ਇੱਕ ਲੱਤ ਨਹੀਂ ਹੈ? ਔਖਾ ਹੈ ਜੀ ਕੰਮ, ਔਖਾ ਫਿਰ ਵੀ ਕਰੀ ਜਾਂਦਾ ਜੀ। ਆਮ ਦੇਖਿਆ ਬੱਚੇ ਜਿਹੜੇ ਪੜ੍ਹ ਲਿਖ ਜਾਂਦੇ ਨੇ ਲੇਕਿਨ ਬੁਰੀ ਸੰਗਤ 'ਚ ਪੈਂਦੇ ਨੇ, ਕੰਮ ਨਹੀਂ ਕਰਦੇ, ਵੀ ਆਹ ਕੰਮ ਛੋਟਾ ਹੈਗਾ ਅਸੀਂ ਨਹੀਂ ਕਰਨਾ, ਵੱਡਾ ਕੰਮ ਮਿਲਣਾ ਚਾਹੀਦਾ, ਕੀ ਕਹਿਣਾ ਚਾਹੋਗੇ? ਹਾਂਜੀ ਇਹ ਗੱਲ ਤੁਹਾਡੀ ਵਧੀਆ ਜੀ, ਲੇਕਿਨ ਮੁੰਡਾ ਹੌਸਲਾ ਨਹੀਂ ਛੱਡਦਾ ਜੀ ਆਪਣਾ ਜੀ, ਵਧੀਆ ਕੰਮ ਕਰਦਾ, ਮਿਹਨਤ ਕਰਦਾ ਜੀ, ਆਪਣੀ ਮਿਹਨਤ ਨਾਲ ਕਮਾਇਆ ਕਰਦਾ ਜੀ, ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬਾਕੀ ਮੈਂ ਕੰਮ ਕਰਦਾ ਪਿਆ। ਜਿਹੜੇ ਨਸ਼ਿਆਂ ਵਿੱਚ ਪੈਂਦੇ ਨੇ ਨੌਜਵਾਨ ਉਹਨਾਂ ਨੂੰ ਕੀ ਸੁਨੇਹਾ ਦਿਓਗੇ?
ਮੈਂ ਇਹੋ ਕਹਿਣਾ ਚਾਹੁੰਦਾ ਵੀ ਮੁੰਡੇ ਨੂੰ ਦੇਖੋ, ਮੁੰਡਾ ਕਿੱਦਾਂ ਮਿਹਨਤ ਕਰਿਆ, ਤੁਸੀਂ ਵੀ ਇੱਦਾਂ ਮਿਹਨਤ ਕਰੋ।